ਹਾਂਜੀ, ਅੱਜ ਮੈਂ ਬਣਾਉਣ ਜਾ ਰਹੀ ਹਾਂ ਵਾਈਟ ਚਨੇ। ਵਾਈਟ ਚਨੇ ਰਾਤ ਨੂੰ ਭਿਓ ਕੇ ਰੱਖੇ ਸੀਗੇ ਅਤੇ ਸਵੇਰੇ ਹੁਣ ਮੈਂ ਇਹਨੂੰ ਉਬਾਲਣ ਜਾ ਰਹੀ ਹਾਂ। ਅਤੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਵੀ ਝੱਗ ਦੇਖੋ ਕਿੰਨੀ ਤਿਆਰ ਹੋ ਗਈ। ਮੈਂ ਬਲੈਕ ਚਨੇ ਦੀ ਵੀ ਵੀਡੀਓ ਬਣਾਈ ਸੀ ਅਤੇ ਇਹ ਹੁਣ ਇਹੀਓ ਪ੍ਰੋਸੈਸ ਆਪਣਾ ਬਲੈਕ ਚਨੇ ਵਾਂਗੂ ਹੀ ਹੈ। ਜਿਵੇਂ ਬਲੈਕ ਚਨੇ ਦੇ ਵਿੱਚ ਝੱਗ ਦੀ ਇੱਕ ਮੈਂ ਵੀਡੀਓ ਪਾਈ ਸੀ, ਹੁਣ ਵਾਈਟ ਚਨੇ ਦੀ ਪਾ ਰਹੀ ਹਾਂ। ਅਤੇ ਤੁਸੀਂ ਦੇਖ ਹੀ ਰਹੇ ਹੋ ਪਹਿਲਾਂ ਉਬਾਲਾ ਹੀ ਆਇਆ ਅਤੇ ਪਹਿਲੇ ਉਬਾਲੇ 'ਚ ਇੰਨੀ ਝੱਗ ਨਿਕਲ ਰਹੀ ਹੈ। ਇਹ ਤੁਸੀਂ ਦੇਖ ਰਹੇ ਹੋ ਵੀ ਇਹ ਜਿੰਨੀ ਤੱਕ ਮਤਲਬ ਝੱਗ ਨਿਕਲ ਰਹੀ ਹੈ ਉਨੀ ਦੇਰ ਮੈਂ ਇੱਕ ਚਾਹ ਬਣਾ ਰਹੀ ਹੈ। ਸਵੇਰੇ ਸਵੇਰੇ ਚਾਹ ਦਾ ਟਾਈਮ ਹੈ ਅਤੇ ਚਾਹ ਆਪਣਾ ਜਿੰਨੀ ਦੇਰ ਚਾਹ ਬਣੇਗੀ ਉਨੀ ਦੇਰ 'ਚ ਆਪਣਾ ਇੱਧਰ ਚਨੇ ਦਾ ਉਬਾਲਾ ਵੀ ਆ ਜਾਏਗਾ। ਔਰ ਠੰਡ ਦਾ ਟਾਈਮ ਹੈ ਸਵੇਰੇ ਸਵੇਰੇ, ਔਰ ਮੈਂ ਸੋਚਿਆ ਚਲੋ ਨਾਲ ਤਾਂ ਚਨੇ ਉਬਲ ਜਾਣ ਨਾਲੇ ਚਾਹ ਬਣ ਜਾਏਗੀ। ਇੱਧਰੋਂ ਦੇਖੋ ਝੱਗ ਫਿਰ ਦੁਬਾਰਾ ਇੰਨੀ ਕੱਢੀ ਸੀ, ਦੁਬਾਰਾ ਫਿਰ ਇੰਨੀ ਸਾਰੀ ਝੱਗ ਆ ਚੁੱਕੀ ਹੈ। ਔਰ ਜਿੰਨ ਤੱਕ ਬਿਲਕੁਲ ਪਲੇਨ ਬਿਲਕੁਲ ਪਾਣੀ ਸਾਫ਼ ਨਹੀਂ ਹੁੰਦਾ ਉਨ ਤੱਕ ਇਹ ਝੱਗ ਆਪਾਂ ਕੱਢੀ ਜਾਣੀ ਹੈ। ਅਤੇ ਇਹ ਪ੍ਰੋਸੈਸ ਆਪਣਾ ਚੱਲਦਾ ਰਹੇਗਾ ਉਨੀ ਦੇਰ। ਅਤੇ ਇਹ ਜੋੜਾਂ ਦੇ ਦਰਦ, ਕਮਰ ਦਰਦ, ਜੋ ਵੀ ਆਪਣੀ ਪੇਨ ਵਗੈਰਾ ਹੁੰਦੀ ਹੈ ਉਹ ਨਹੀਂ ਹੋਏਗੀ। ਇਹ ਦੇਖੋ ਹੁਣ ਮੈਂ ਨਮਕ ਪਾਤਾ, ਨਮਕ ਪਾਉਣ ਤੋਂ ਬਾਅਦ ਵੀ ਇਹਦੇ ਵਿੱਚ ਵੇਟ ਕਰਨਾ, ਨਮਕ ਪਾਉਣ ਤੋਂ ਬਾਅਦ ਬੰਦ ਨਹੀਂ ਕਰਨਾ ਕੁੱਕਰ। ਇਹਦੇ ਵਿੱਚ ਹੁਣ ਝੱਗ ਹੋਰ ਵੀ ਬਣੇਗੀ। ਇਹਨੂੰ ਆਪਾਂ ਲਗਾਤਾਰ ਜਿੰਨ ਤੱਕ ਬਿਲਕੁਲ ਪਾਣੀ ਸਾਫ਼ ਨਹੀਂ ਹੁੰਦਾ ਉਨੀ ਦੇਰ ਆਪਾਂ ਇਹਦੇ ਉੱਤੇ ਜਿਹੜੀ ਗੰਦੀ ਝੱਗ ਹੁੰਦੀ ਹੈ, ਦੇਖੋ ਮੈਲ ਵਾਲੀ ਝੱਗ ਹੋਏਗੀ ਇਹਦੇ ਜ਼ਿਆਦਾਤਰ, ਉਹ ਆਪਾਂ ਕੱਢਦੇ ਰਹਿਣਾ ਹੈ। ਅਤੇ ਹੁਣ ਦੇਖੋ ਬਿਲਕੁਲ ਚਨੇ ਸਾਫ਼ ਹੋ ਗਏ। ਕੁੱਕਰ ਨੂੰ ਮੈਂ ਕਰਤਾ ਬੰਦ ਔਰ 5 ਤੋਂ 6 ਸੀਟੀਆਂ ਆਪਾਂ ਵਜਾਣੀਆਂ ਨੇ। ਅਤੇ ਹੁਣ ਮੈਂ ਆਪਣੀ ਚਾਹ ਵੀ ਬਣ ਗਈ। ਆਪਾਂ ਹੁਣ ਚਾਹ ਦਾ ਘੁੱਟ ਪੀਂਦੇ ਜਿਹਨੇ ਵਿਸਲ ਵੱਜੇਗੀ, ਅਤੇ ਆਪਣੀ ਚਾਹ ਹੁਣ ਪੀ ਕੇ ਫਿਰ ਉਸ ਤੋਂ ਬਾਅਦ ਆਪਾਂ ਸਬਜ਼ੀ ਬਣਾਵਾਂਗੇ। ਲਓ ਜੀ, ਹੁਣ ਮੇਰੇ ਚਨੇ ਬਿਲਕੁਲ ਉਬਲ ਕੇ ਤਿਆਰ ਹੋ ਗਏ। ਦੇਖੋ ਬਿਲਕੁਲ ਪਾਣੀ ਸਾਫ਼ ਹੈ, ਕੋਈ ਝੱਗ ਨਹੀਂ, ਵਾਈਟ ਬਿਲਕੁਲ ਕੁਛ ਨਹੀਂ ਇਸ ਤਰ੍ਹਾਂ ਦਾ ਆ ਰਿਹਾ, ਸਾਈਡ 'ਤੇ ਕੁਛ ਨਹੀਂ। ਦੇਖੋ ਮਸਾਲਾ ਵੀ ਮੈਂ ਭੁੰਨ ਚੁੱਕੀ ਹਾਂ। ਮਸਾਲਾ ਭੁੰਨਣ ਤੋਂ ਬਾਅਦ ਮੈਂ ਇਹਦੇ ਵਿੱਚ ਮੈਂ ਛਾਣ ਕੇ ਚਨੇ ਪਾ ਦਾਂਗੀ। ਔਰ ਇਹਦੇ ਵਿੱਚ ਚਨੇ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਸਾਲੇ 'ਚ ਮਿਕਸ ਕਰਕੇ ਉਸ ਤੋਂ ਬਾਅਦ ਇਹ ਪਾਣੀ ਮੈਂ ਪਹਿਲੇ ਯੂਜ਼ ਨਹੀਂ ਕਰਦੀ ਸੀ, ਹੁਣ ਮੈਂ ਇਹ ਪਾਣੀ ਯੂਜ਼ ਕਰਦੀ ਹਾਂ। ਔਰ ਉਸ ਤੋਂ ਬਾਅਦ ਆਪਾਂ ਇਹਨੂੰ ਢੱਕ ਕੇ 5 ਤੋਂ 10 ਮਿੰਟ ਰੱਖ ਦਾਂਗੇ। ਸਬਜ਼ੀ ਆਪਣੀ 5 ਤੋਂ 10 ਮਿੰਟ ਜਿਹੜੇ ਲੱਗਣਗੇ, ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਬਣਾ ਕੇ ਤਿਆਰ ਹੈ। ਲਓ ਜੀ,